NRI ਪੰਜਾਬੀਆਂ ਨਾਲ ਮਿਲਣੀ ਸਮਾਗਮਾਂ ਦੀ ਸ਼ੁਰੂਆਤ 3 ਫਰਵਰੀ ਨੂੰ ਪਠਾਨਕੋਟ ਤੋਂ ਹੋਵੇਗੀ, ਜਿੱਥੇ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀਆਂ ਦੇ ਮਾਮਲੇ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ NRI ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਗੱਲ ਕੀਤੀ ਜਾਵੇ ਸਰਕਾਰ ਵੱਲੋਂ ਜਿਹੜਾ NRI ਸੰਮੇਲਨ ਕਰਵਾਏ ਜਾ ਰਹੇ ਨੇ, ਤੁਹਾਨੂੰ ਕੀ ਲੱਗਦਾ? ਕਿਉਂਕਿ ਜਿਸ ਤਰ੍ਹਾਂ NRI ਦੀ ਗੱਲ ਕੀਤੀ ਹੈ, ਲਗਾਤਾਰ ਜਿਹੜੇ ਕੇਸ ਨੇ ਉਹ ਵੱਧ ਰਹੇ ਨੇ, ਕਿਉਂਕਿ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਲਗਾਤਾਰ ਬਾਹਰ ਜਾ ਰਹੀ ਹੈ, ਜਿਹੜੇ ਬਜ਼ੁਰਗ ਨੇ ਉਹ ਇੱਥੇ ਬੈਠੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਦੁਖੀ ਹੋ ਰਹੇ ਨੇ, ਕਿਉਂਕਿ ਲਗਾਤਾਰ ਜਿਹੜੀਆਂ NRI ਪ੍ਰਤੀ ਜਿਹੜੇ ਘਟਨਾਵਾਂ ਵੀ ਵੱਧ ਰਹੀਆਂ ਨੇ, ਉਸ ਨੂੰ ਲੈ ਕੇ ਜਿਹੜੇ ਸੰਮੇਲਨ ਕਰਵਾਏ ਜਾ ਰਹੇ ਨੇ ਅਤੇ ਕਿੰਨਾ ਕੁ ਜਿਹੜਾ ਫਾਇਦਾ ਹੋਊਗਾ ਅਤੇ ਕੀ ਕਿਹੜੀ ਕਿਹੜੀ ਜਗ੍ਹਾ 'ਤੇ ਸੰਮੇਲਨ ਹੋਣਗੇ? ਦੇਖੋ, ਮਾਨਸਾ ਬਤੌਰ ਮੁੱਖ ਮੰਤਰੀ ਬਹੁਤ ਸੰਜੀਦਾ ਨੇ NRI ਪ੍ਰਤੀ, NRI ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਪ੍ਰਤੀ, ਅਤੇ NRI ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕੀ ਯੋਗਦਾਨ ਪਾ ਸਕਦੇ, ਇਹਦੇ ਬਾਰੇ ਬੜੀ ਉਹਨਾਂ ਨੂੰ ਕਲੈਰਿਟੀ ਹੈ। ਸੋ ਇਸ ਕਰਕੇ ਇੱਕ ਮੰਤਰੀ ਸਪੈਸ਼ਲ ਸਿਰਫ ਇਸੇ ਮਹਿਕਮੇ 'ਤੇ ਲਾਇਆ ਹੋਇਆ ਉਹਨਾਂ ਨੇ, ਮਾਣਯੋਗ ਮੰਤਰੀ ਜੀ ਆਪਣੇ ਕੁਲਦੀਪ ਧਾਲੀਵਾਲ ਜੀ, ਸੋ ਉਹ ਬੜੇ ਐਕਟਿਵ ਹੈ ਉਹ ਵੀ। ਅਤੇ NRI ਨੂੰ ਵੈਸੇ ਤਾਂ ਬੜੀ ਵੱਡੀ ਮੰਗ NRI ਦੀ ਉਹ ਆ ਵੀ ਜਿਹੜੀ ਡਾਇਰੈਕਟ ਫਲਾਈਟ ਸ਼ੁਰੂ ਹੋ ਜਾਵੇ, ਤਾਂ ਉਹਦੇ 'ਚ ਪੰਜਾਬ ਸਰਕਾਰ ਤਾਂ ਉਹਦੀ ਮਤਲਬ ਉਹਦੀ ਗੱਲ ਕਰ ਸਕਦੀ ਹੈ, ਵਾਊਚ ਕਰ ਸਕਦੀ ਉਹਦੇ ਵਾਸਤੇ। ਜਿਹੜਾ ਫਾਈਨਲ ਡਿਸੀਜਨ ਹੈ ਉਹ ਸਰਕਾਰ, ਜਿਹੜੀ ਕੇਂਦਰ ਸਰਕਾਰ ਆ ਉਹਨੇ ਲੈਣਾ, ਜਾਂ ਉਹਦੇ 'ਚ ਵੀ ਕਮਰਸ਼ੀਅਲ ਐਂਗਲ ਜ਼ਿਆਦਾ ਵੱਡਾ, ਸੋ ਉਹ ਦੇਖਣਾ ਪਏਗਾ ਕਿ ਉਹ ਕਿਸ ਤਰ੍ਹਾਂ ਹੋ ਸਕਦਾ। ਸੋ ਮੈਂ ਵੀ ਉਹਦੇ ਵਾਸਤੇ ਲਗਾਤਾਰ ਯਤਨਸ਼ੀਲ ਰਹਿੰਦਾ, ਅਤੇ ਗੁਰੂ ਸਾਹਿਬ ਮਿਹਰ ਕਰਨਗੇ ਮੈਨੂੰ ਲੱਗਦਾ ਆਪਾਂ ਇਹ ਜਿਹੜੀ ਵੱਡੀ ਸਮੱਸਿਆ ਇਹਦਾ ਵੀ ਛੇਤੀ ਸਮਾਧਾਨ ਕੱਢ ਲਾਂਗੇ। ਦੂਜੀ ਗੱਲ ਇਹ ਹੈ ਵੀ ਕਈ NRI ਵਿਚਾਰੇ ਬਾਹਰ ਬੈਠੇ ਹੁੰਦੇ ਆ ਇੱਥੇ, ਉਹਨਾਂ ਦੇ ਪਿੰਡ ਦੇ ਲੋਕ, ਸਕੇ ਸੰਬੰਧੀ ਕਈ ਵਾਰੀ, ਜਾਂ ਕੋਈ ਲਾਲਚੀ ਬੰਦੇ ਉਹਨਾਂ 'ਤੇ FIR ਕਰਾ ਦਿੰਦੇ ਆ, ਬਾਹਰ ਬੈਠਿਆਂ ਨੂੰ PO ਕਰਾ ਦਿੰਦੇ ਆ ਜੀ, ਉਹ ਫਿਰ ਨਾ ਇੱਥੇ ਆ ਸਕਦੇ ਆ, ਅਤੇ ਬੜਾ ਮੁਸ਼ਕਲ ਹੁੰਦਾ। ਸੋ ਉਹਦੇ ਬਾਰੇ ਵੀ ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਦਾ ਰਹਿੰਦਾ, ਅਫਸਰਾਂ ਨਾਲ ਵੀ ਗੱਲ ਕਰਦੇ ਹਾਂ, ਕੋਈ ਇਹਨੂੰ ਇਸ ਚੀਜ਼ ਨੂੰ ਕੋਈ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਝਗੜੇ ਝੁਗੜੇ ਤਾਂ ਚੱਲਦੇ ਰਹਿੰਦੇ ਆ, ਬੰਦੇ ਨੂੰ ਤੁਸੀਂ ਇੱਕ ਤਰ੍ਹਾਂ ਹੈਂਡੀਕੈਪ ਵੀ ਕਰ ਦੇਣਾ, ਜਾਂ ਇੱਕ ਤਰ੍ਹਾਂ ਦਾ ਜਲਾਵਤ ਨਹੀਂ ਕਰ ਦੇਣਾ, ਉਹ PO ਕਰ ਦੇਣਾ, ਉਹ ਡਰਦੇ ਵਿਚਾਰੇ ਆਉਂਦੇ ਹੀ ਨਹੀਂ ਵੀ ਉੱਥੇ ਏਅਰਪੋਰਟ 'ਤੇ ਅਰੈਸਟ ਹੋ ਜਾਵਾਂਗੇ। ਸੋ ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆਪਾਂ, ਇਹ ਵੱਡੀ ਸਮੱਸਿਆ ਹੈ।